ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਦੀ ਰਫ਼ਤਾਰ ਨੂੰ ਲੈ ਕੇ ਦਾਅਵੇ ਬਹੁਤ ਨੇ ਉਹਨਾਂ ਦਾਅਵਿਆਂ ਦੇ ਤਹਿਤ ਇੱਕ ਲੜੀ ਹੋਰ ਜੁੜੀ ਐ ਲੜੀ ਜੁੜੀ ਐ ਸਿੱਧਾ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਨਾਲ ਤੇ ਸਬੰਧਤ ਅਧਿਕਾਰੀ ਮਾਮਲਾ ਕੀ ਐ ਮਾਮਲਾ 10 ਕਰੋੜ ਤੋਂ ਵੱਧ ਮੁਆਵਜ਼ੇ ਦੀ ਰਾਸ਼ੀ ਦਾ ਐ 2019 ਦੇ ਵਿੱਚ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਿੱਥੇ ਹੜ੍ਹ ਆਏ ਉਹ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਜਿਹੜੀ ਸਰਕਾਰ ਵੱਲੋਂ ਭੇਜੀ ਗਈ 10 ਕਰੋੜ 28 ਲੱਖ ਰੁਪਇਆ ਜਿਹੜਾ ਬਣਦਾ ਸੀ ਉਹ ਕਿਹੜੇ ਖਾਤਿਆਂ 'ਚ ਪੈ ਗਿਆ ਇਲਜ਼ਾਮ ਇਹ ਲੱਗੇ ਨੇ ਕਿ ਉਸ ਦੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਵੀ ਮਿਲੀ ਭੁਗਤ ਹੈ ਤੇ ਸਬੰਧਤ ਅਧਿਕਾਰੀ ਵੀ ਮਿਲੀ ਭੁਗਤ ਦੇ ਨਾਲ ਉਹਨਾਂ ਖਾਤਿਆਂ 'ਚ ਪੈਸੇ ਪਾਉਂਦੇ ਰਹੇ ਜਿਨ੍ਹਾਂ ਕੋਲ ਜ਼ਮੀਨ ਤੱਕ ਨਹੀਂ ਸੀ ਇਹ ਇਲਜ਼ਾਮ ਕਿੰਨੇ ਸੱਚੇ ਨੇ ਇਸ ਨੂੰ ਲੈ ਕੇ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਗਏ ਕਾਂਗਰਸ ਦੀ ਸਰਕਾਰ ਵੇਲੇ ਸ਼ਿਕਾਇਤਾਂ ਤਾਂ ਬਹੁਤ ਗਈਆਂ ਮੁੱਖ ਮੰਤਰੀ ਦਫ਼ਤਰ ਤੱਕ ਪਰ ਇਸ ਦੇ ਉੱਤੇ ਜਾਂਚ ਨਹੀਂ ਚੱਲੀ ਪਰ ਹੁਣ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਜਿਹੜੇ ਰਣਵੀਰ ਸਿੰਘ ਭੁੱਲਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਇੱਕ ਸ਼ਿਕਾਇਤ ਭੇਜ ਦਿੱਤੀ ਸਬੰਧਤ ਲੋਕਾਂ ਨੇ ਸ਼ਿਕਾਇਤਾਂ ਇਕੱਠੀਆਂ ਕਰਕੇ ਸਾਰੀਆਂ ਸ਼ਿਕਾਇਤਾਂ ਮੁੱਖ ਮੰਤਰੀ ਦਫ਼ਤਰ ਤੱਕ ਪੁਝੀਆਂ ਉੱਥੋਂ ਹੁਕਮ ਹੋ ਗਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਹੁਕਮ ਦਿੱਤਾ ਗਿਆ ਕਿ ਇਸ ਦੀ ਜਾਂਚ ਮੁਕੰਮਲ ਕਰਕੇ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਇਸ ਮਸਲੇ ਦੇ ਵਿੱਚ ਜਿੰਨਾ ਜਿੰਨਾ ਦੇ ਉੱਤੇ ਉਂਗਲ ਉਠੀ ਹੈ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਮਿਲੀ ਭੁਗਤ ਦੇ ਇਲਜ਼ਾਮ ਲੱਗੇ ਨੇ ਸਬੰਧਤ ਅਫਸਰਾਂ ਨੇ ਹਾਲੇ ਤੱਕ ਰਿਕਾਰਡ ਤੱਕ ਨਹੀਂ ਦਿੱਤਾ ਔਰ ਜਿਹੜੇ ਸਬੰਧਤ ਪਟਵਾਰੀ ਸੀ ਜਦੋਂ ਡਿਪਟੀ ਕਮਿਸ਼ਨਰ ਅਮਰਤ ਸਿੰਘ ਦੇ ਕੋਲ ਇਹ ਰਿਪੋਰਟ ਪਈ ਰਹੀ ਕਾਫੀ ਸਮੇਂ ਤੱਕ ਫਾਈਲ ਜਦੋਂ ਹੁਕਮ ਆਏ ਜਾਂਚ ਕਰਨ ਦੇ ਉਸ ਤੋਂ ਬਾਅਦ ਐਸਡੀਐਮ ਦੇ ਤਹਿਸੀਲਦਾਰ ਦੇ ਕੋਲ ਜਦੋਂ ਐਸਡੀਐਮ ਦੇ ਦਫ਼ਤਰ ਵੀ ਗਈ ਸ਼ਿਕਾਇਤ ਉਸ ਤੋਂ ਬਾਅਦ ਇੱਕ ਹੁਕਮ ਇਹ ਵੀ ਹੋਇਆ ਕਿ ਸਬੰਧਤ 11 ਪਟਵਾਰੀ ਸੀ ਘਟੋ ਘਟ ਜਿਨ੍ਹਾਂ ਨੂੰ ਕਿਹਾ ਗਿਆ ਕਿ ਮੁਆਵਜ਼ੇ ਦੀ ਰਾਸ਼ੀ ਵੰਡਣ ਨੂੰ ਲੈ ਕੇ ਰਿਕਾਰਡ ਜਮ੍ਹਾਂ ਕਰਾਇਆ ਜਾਵੇ ਪਰ ਉਹ ਰਿਕਾਰਡ ਦੱਸਣ ਲੱਗਿਆਂ ਇਹ ਹੁਕਮ ਆਇਆ ਉਹਨਾਂ ਅਫਸਰਾਂ ਦਾ ਇਹ ਜਵਾਬ ਆਇਆ ਕਿ ਸਾਡੇ ਕੋਲ ਉਸਬੰਧੀ ਕੋਈ ਰਿਕਾਰਡ ਹੀ ਨਹੀਂ ਹੈ ਇਹ ਕਿਵੇਂ ਹੋ ਸਕਦਾ ਕਿਉਂਕਿ ਬੈਂਕ ਖਾਤਿਆਂ ਦੇ ਜ਼ਰੀਏ ਰਾਸ਼ੀ ਜਾਂਦੀ ਹੈ ਕਿਸਾਨਾਂ ਤੱਕ ਮੁਆਵਜ਼ੇ ਦੀ ਰਾਸ਼ੀ ਉਹਨਾਂ ਗਰੀਬ ਕਿਸਾਨਾਂ ਨੂੰ ਪਹਿਲਾਂ ਹੀ ਕੁਦਰਤ ਦੀ ਮਾਰ ਪਈ ਹੁੰਦੀ ਹੈ ਤੇ ਉੱਤੋਂ ਜਦੋਂ ਮੁਆਵਜ਼ੇ ਦੀ ਰਾਸ਼ੀ ਰਾਤ ਵਾਲੀ ਵਿੱਚੋਂ ਅਫਸਰ ਖਾ ਜਾਣ ਮਲਾਈਆਂ ਚੱਟ ਜਾਣ ਤਾਂ ਫਿਰ ਕੌਣ ਪੁੱਛੇਗਾ ਕੌਣ ਜਵਾਬ ਤਲਬੀ ਕਰੇਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਹੁਕਮ ਦਿੱਤੇ ਨੇ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਫਿਰੋਜ਼ਪੁਰ ਨੂੰ ਭੇਜੇ ਗਏ ਲਿਖਤੀ ਰੂਪ ਦੇ ਵਿੱਚ ਜਵਾਬ ਮੰਗਿਆ ਗਿਆ ਹੁਕਮ ਦੇ ਦਿੱਤੇ ਗਏ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਮੁਆਵਜ਼ੇ ਦੀ ਕਿਸਾਨਾਂ ਦੀ ਰਾਸ਼ੀ ਖਾਧੀ ਹੈ ਉਸ ਦਾ ਜਵਾਬ ਕੀ ਹੈ 9 ਮਾਰਚ 2023 ਨੂੰ ਅਖੀਰਲੀ ਚਿੱਠੀ ਕੱਢੀ ਗਈ ਹੈ ਡਿਪਟੀ ਕਮਿਸ਼ਨਰ ਨੂੰ ਲਿਖ ਦਿੱਤਾ ਗਿਆ ਕਮਿਸ਼ਨਰ ਅਫਸਰ ਜਿਹੜਾ ਦਫਤਰ ਹੈ ਫਿਰੋਜ਼ਪੁਰ ਉਸ ਵੱਲੋਂ ਵੀ ਕਿ ਜਿਹੜੇ ਕਿਸਾਨਾਂ ਦੀ 10 ਕਰੋੜ 28 ਲੱਖ ਤੋਂ ਵੱਧ ਦੀ ਜਿਹੜੀ ਰਕਮ ਬਣਦੀ ਹੈ ਉਸ ਦੇ ਵਿੱਚ ਕਿਸ-ਕਿਸ ਨੇ ਉਖਾਦਾ ਕੀ ਮਾਅਵਜੇ ਦੀ ਰਾਸ਼ੀ ਦਿੱਤੀ ਗਈ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਸਾਬਕਾ ਕਾਂਗਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਹੁਣ ਜੁਰਤ ਵੇਖੋ ਅਸੀਂ 2 ਦਿਨ ਹੋ ਗਏ ਉਹਨਾਂ ਤੋਂ ਟਰਾਈ ਕਰ ਰਹੇ ਹਾਂ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਲਿਖਤੀ ਰੂਪ ਵਿੱਚ ਸਵਾਲ ਵੀ ਭੇਜਿਆ ਕਿ ਤੁਹਾਡੇ ਤੇ ਉਂਗਲ ਉੱਠੀ ਹੈ ਇਸ ਦੇ ਉੱਤੇ ਜਿਹੜੀ ਮੁਆਵਜ਼ੇ ਦੀ ਰਾਸ਼ੀ ਕਿਸ ਤੀ ਮਿਲੀ ਭੁਗਤ ਨਾਲ ਖਾਦੀ ਗਈ ਕਥਿਤ ਕਪਲੇ ਦੀ ਗੱਲ ਹੋ ਰਹੀ ਹੈ ਇਸ ਤੇ ਤੁਹਾਡਾ ਪੱਖ ਕੀ ਹੈ ਕਿਉਂਕਿ ਅਸੀਂ ਖਬਰ ਨਸ਼ਰ ਕਰਨੀ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਤੁਹਾਡਾ ਪੱਖ ਵੀ ਜਾਣਿਆ ਜਾਵੇ ਕਿ ਤੁਸੀਂ ਇਸ ਮਸਲੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਸ ਮਸਲੇ ਦੇ ਉੱਤੇ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਆਪਣੇ ਪੀਏ ਤੋਂ ਬੈਕ ਕਾਲ ਕਰਾਈ ਸਾਨੂੰ ਇੱਕ ਫੋਨ ਕਾਲ ਵਾਪਸ ਆਉਂਦੀ ਹੈ ਜਿਸ ਵਿੱਚ ਪੁੱਛਿਆ ਗਿਆ ਕਿ ਕੀ ਮਸਲਾ ਹੈ ਤੁਸੀਂ ਕਿਸ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਜਿਸ ਕਾਲ ਨੰਬਰ ਤੋਂ ਸਾਨੂੰ ਕਾਲ ਆਉਂਦੀ ਅਸੀਂ ਉਹਨਾਂ ਨੂੰ ਵੀ ਦੱਸਿਆ ਕਿ ਇਸ ਮਸਲੇ ਤੇ ਜ਼ਰੂਰੀ ਗੱਲ ਕਰਨੀ ਹੈ ਕਿਉਂਕਿ ਕਪਲੇ ਦਾ ਮਸਲਾ ਹੈ ਇਹ ਕਾਥਿਤ ਕਪਲਾ ਹੋਇਆ ਇਸ ਵਿੱਚ ਮਿਲੀ ਭੋਗਤ ਕਿਸ-ਕਿਸ ਦੀ ਹੈ ਕਿਉਂਕਿ ਸ਼ਿਕਾਇਤਾਂ ਜਿਹੜੀਆਂ ਮੁੱਖ ਮੰਤਰੀ ਦਫ਼ਤਰ ਪੁੱਜੀਆਂ ਨੇ ਉਸ ਦੇ ਵਿੱਚ ਰਣਵੀਰ ਸਿੰਘ ਭੁੱਲਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨੇ ਵੀ ਗੱਲ ਕਹੀ ਹੈ ਇਲਜ਼ਾਮ ਲੱਗੇ ਨੇ ਤੁਹਾਡੇ ਉੱਤੇ ਜਵਾਬ ਦਿਓ ਉਸ ਉੱਤੇ ਕਿ ਮੁਆਵਜ਼ੇ ਦੀ ਰਾਸ਼ੀ ਗਈ ਕਿੱਥੇ ਕਿਉਂਕਿ ਉਸ ਵਕਤ ਤੁਸੀਂ ਸੱਤਾ ਦੇ ਵਿੱਚ ਸੀ 2019 ਦੀ ਗੱਲ ਹੈ ਜਦੋਂ ਮੁਆਵਜ਼ੇ ਦੀ ਰਾਸ਼ੀ ਆਉਂਦੀ ਹੈ ਪਰ ਹਾਲੇ ਤੱਕ ਕੋਈ ਵੀ ਸਾਨੂੰ ਜਵਾਬ ਪਰਮਿੰਦਰ ਸਿੰਘ ਪਿੰਕੀ ਹੋਰਾਂ ਦੇ ਵੱਲੋਂ ਨਹੀਂ ਮਿਲਿਆ ਉਹ ਕਿਉਂ ਨਹੀਂ ਬੋਲਣਾ ਚਾਹੁੰਦੇ ਇਸ ਮਸਲੇ ਦੇ ਉੱਤੇ ਇਸ ਨੂੰ ਬੇਲੋੜਾ ਕਿਉਂ ਸਮਝ ਦੇਨੇ ਇਸ ਸਮਝ ਤੋਂ ਬਾਹਰ ਹੈ ਕਹਾਣੀ ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੋ ਕਿ ਪਰਮਿੰਦਰ ਸਿੰਘ ਪਿੰਕੀ ਦੇ ਖਾਸਮ ਖਾਸ ਨੇ ਉਹ ਚੈਲੰਜ ਕਰਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ ਭੋਲਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਕਿ ਜਿਹੜੇ ਤੁਸੀਂ ਇਲਜ਼ਾਮ ਸਾਡੇ ਤੇ ਲਗਾ ਰਹੇ ਹੋ ਸਰਾਸਰ ਗਲਤ ਨੇ ਔਰ ਇੱਕ ਲਿਸਟ ਵੀ ਦਿਖਾਈ ਜਾ ਰਹੀ ਹੈ ਸੂਚੀ ਦਿਖਾਈ ਜਾ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਪਿੰਕੀ ਦੀ ਸ਼ੋਵੀ ਨੂੰ ਖਰਾਬ ਕਰਨ ਦੇ ਲਈ ਸਿਰਫ ਤੇ ਸਿਰਫ ਇਹ ਸਾਰਾ ਵਰਤਾਰਾ ਹੋ ਰਿਹਾ ਹੈ ਇਸ ਵਿੱਚੋਂ ਕੁਝ ਵੀ ਨਹੀਂ ਮਿਲਣਾ ਹੁਣ ਵਿਸਤਾਰ ਦੇ ਨਾਲ ਦੱਸਦੇ ਹਾਂ ਕਿ ਰਾਸ਼ੀ ਕਿੰਨੀ ਹੈ मामले ਨੂੰ ਲਟਕਾਉਣ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਵੀ ਵਿਭਾਗੀ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਵੀ ਹੋ ਸਕਦੀ ਹੈ ਇਹ ਵੀ ਇੱਕ ਚੈਲੰਜ ਵੱਡਾ ਉਹਨਾਂ ਅਫਸਰਾਂ ਦੇ ਖਿਲਾਫ ਵੀ ਹੋ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਨਬੀਰ ਸਿੰਘ ਭੁੱਲੜ ਵੱਲੋਂ ਮੁੱਖ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਤੋਂ ਬਾਅਦ ਜਾਂਚ ਤੇਜ਼ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੈ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਕਈ ਅਧਿਕਾਰੀ ਨਿਸ਼ਾਨੇ ਦੇ ਉੱਤੇ ਆ ਗਏ ਨੇ ਔਰ ਖਾਸ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਜਿਹੜੇ ਉਸ ਵਕਤ ਸੱਤਾ ਦਾ ਨਿੱਗ ਮਾਨ ਰਏ ਸੀ ਹੁਣ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਸਭ ਨੂੰ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰੀ ਉਹਨਾਂ ਸਾਬਕਾ ਮੰਤਰੀਆਂ ਕਾਂਗਰਸੀਆਂ ਤੇ ਵਿਧਾਇਕਾਂ ਦੇ ਖਿਲਾਫ ਕਈ ਤਰ੍ਹਾਂ ਦੀ ਜਾਂਚਾਂ ਜਿਹੜੀ ਸ਼ੁਰੂ ਹੋ ਗਈ ਹੈ ਆਮਦਨ ਤੋਂ ਬਾਅਦ ਸਰੋਤਾਂ ਨੂੰ ਲੈ ਕੇ ਤੇ ਖਾਸ ਕਰਕੇ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਹੋ ਗਈ ਹੈ ਲਗਾਤਾਰ ਜਾਂਚ ਹੋ ਰਹੀ ਹੈ ਹੁਣ ਇਸ ਕੇਸ ਦੇ ਵਿੱਚ ਮਾਮਲਾ ਕੀ ਹੈ ਜ਼ਿਲ੍ਹਾ ਫਰੋਹੀਪੁਰ ਦੇ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਸਖਤ ਹੁਕਮ ਦਿੱਤੇ ਗਏ ਨੇ ਕਿ 2019 ਦੇ ਵਿੱਚ ਆਏ ਹੜ੍ਹ ਕਾਰਨ ਕਰੀਬ 37 ਪਿੰਡ ਬਣਦੇ ਸੀ ਫਿਰੋਜ਼ਪੁਰ ਦੇ ਜਿੱਥੇ ਫਸਲਾਂ ਪ੍ਰਭਾਵਿਤ ਹੋਈਆਂ ਉਹਨਾਂ ਦੇ ਨੁਕਸਾਨ ਨੂੰ ਪਰਪਾਈ ਕਰਨ ਲਈ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ 10 ਕਰੋੜ 28 ਲੱਖ 82000 600 ਰੁਪਏ ਦੀ ਗ੍ਰਾਂਟ ਭੇਜੀ ਗਈ ਸੀ ਔਰ ਉਸ ਗ੍ਰਾਂਟ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੂੰ ਦਿੱਤੀ ਗਈ ਉਸ ਦੀ ਜਾਂਚ ਕਰਕੇ ਰਿਪੋਰਟ ਤੁਰੰਤ ਪੰਜਾਬ ਸਰਕਾਰ ਨੂੰ ਭੇਜੀ ਜਾਵੇ ਇਹ ਹੁਕਮ ਆਇਆ ਔਰ ਉਸ ਤੇ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਲਦੀ ਤੋਂ ਜਲਦੀ ਜਾਂਚ ਮੁਕੰਮਲ ਕਰਨ ਦਾ ਹੁਕਮ ਦਿੱਤਾ ਗਿਆ ਹੈ ਔਰ ਲੋਕਾਂ ਨੂੰ ਵੱਲੋਂ ਮੁੱਖ ਮੰਤਰੀ ਨੂੰ ਭੇਜੀਆਂ ਗਿਆ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਹੀ ਇਹ ਗੰਭੀਰ ਦੋਸ਼ ਦੇ ਤਹਿਤ ਪੜਤਾਲ ਆ ਜਿਹੜੀ ਤੇਜ਼ ਕਰਨ ਨੂੰ ਕਿਹਾ ਗਿਆ ਇੱਕ ਤਾਂ ਕਿਸਾਨਾਂ ਦੀ ਫਸਲ ਤਬਾਹ ਹੋਈ ਉਸ ਤੋਂ ਮੁਆਵਜ਼ਾ ਕੋਈ ਹੋਰ ਖਾ ਜਾਵੇ ਇਹ ਕਿੱਥੋਂ ਦਾ ਇਨਸਾਫ ਹੈ ਲੋਕ ਜਵਾਬ ਮੰਗ ਰਹੇ ਨੇ ਹੁਣ ਕਿਹੜੇ ਕਿਹੜੇ ਪਿੰਡ ਸੀ ਖਾਸ ਕਰਕੇ ਜਦੋਂ ਜਿਹੜਾ ਭੇਜੀ ਗਈ ਚਿੱਠੀ ਉਸ ਦੇ ਵਿੱਚ ਲਿਖਿਆ ਗਿਆ ਕਿ ਪਿੰਡ ਬੱਗੇਵਾਲਾ ਮੁੱਠੀਆਂਵਾਲਾ ਨਿਹਾਲਾ ਲਵੇਰਾ ਬੰਡਾਲਾ ਧੀਰਾ ਤੱਲੀ ਗੁਲਾਮ ਤੇ ਬਸਤੀ ਰਾਮ ਲਾਲ ਆਦ ਦੇ ਜਿਹੜੇ ਪਿੰਡ ਨੇ ਹੋਰ ਵੀ ਇਸ ਤੋਂ ਇਲਾਵਾ ਪਿੰਡ ਨੇ ਕਿਉਂਕਿ ਪਿੰਡ 37 ਬਣਦੇ ਨੇ ਕੁੱਲ ਇੱਥੇ ਪੀੜਤ ਕਿਸਾਨਾਂ ਤੇ ਹੋਰ ਪਤਵੰਤਿਆਂ ਨੇ ਵੀ ਦਸਤਕਤ ਕਰਕੇ ਦੋਸ਼ ਲਾਇਆ ਕਿ ਇਹ ਬਹੁਤ ਵੱਡਾ ਘਪਲਾ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਮੁਆਵਜ਼ਾ ਖਾ ਲਿਆ ਜਿਹੜੇ ਹੜੱਪ ਗਏ ਕਿਸਾਨਾਂ ਦੇ ਮੁਆਵਜ਼ੇ ਦੀ ਰਾਸ਼ੀ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਸ ਨੂੰ ਗੰਭੀਰਤਾ ਨਾਲ ਲੈ ਜਾਣ ਦੀ ਗੱਲ ਕਹੀ ਗਈ ਹੈ ਇਸ ਤੋਂ ਪਹਿਲਾਂ ਲੰਮੇ ਸਮੇਂ ਜਦੋਂ ਪਹਿਲਾ ਡਿਪਟੀ ਕਮਿਸ਼ਨਰ ਅਮਰਿਤ ਸਿੰਘ ਹੁੰਦੇ ਸੀ ਉਹਨਾਂ ਨੇ ਦੇ ਕੋਲੇ ਜਿਹੜੀ ਫਾਈਲ ਪਈ ਰਹੀ ਉਸ ਤੋਂ ਬਾਅਦ ਐਸ.ਡੀ.ਐਮ ਫਰੋਇਪੁਰ ਨੂੰ ਜਾਂਚ ਕਰਕੇ ਰਿਪੋਰਟ ਦੇਣ ਲਈ ਵੀ ਕਿਹਾ ਗਿਆ। ਐਸ.ਡੀ.ਐਮ ਫਰੋਇਪੁਰ ਨੇ ਫਰੋਇਪੁਰ ਦੇ ਤਹਿਸੀਲਦਾਰ ਨੂੰ ਜਾਂਚ ਕਰਨ ਦੇ ਕਰਕੇ ਰਿਪੋਰਟ ਭੇਜਣ ਲਈ ਹੁਕਮ ਦਿੱਤਾ। ਤਾਂ ਡਿਪਟੀ ਕਮਿਸ਼ਨਰ ਫਰੋਇਪੁਰ ਦੇ ਹੁਕਮ ਅਨੁਸਾਰ ਤਹਿਸੀਲਦਾਰ ਸੁਖਬੀਰ ਕੌਰ ਨੇ ਸ਼ਿਕਾਇਤ ਦੀ ਜਾਂਚ ਕਰਦਿਆਂ ਹਲਕੇ ਦੇ 11 ਪਟਵਾਰੀਆਂ ਜਿਸ ਤੇ ਵਿੱਚ ਰਕੇਸ਼ ਕੁਮਾਰ, ਵਿਜੇ ਕੁਮਾਰ, ਅਮਰੀਕ ਸਿੰਘ, ਨયਨ ਕਪੂਰ, ਰਮਨ ਤਵਨ, ਵਰुण ਬਾਂਸਲ, ਚਰਨ ਸਿੰਘ, ਅਰਵਿੰਦਰ ਕੁਮਾਰ ਕੋਚੜ ਤਰਮਿੰਦਰ ਕੁਮਾਰ ਅਬੇ ਧਵਨ ਤੇ ਜਗਜੀਤ ਸਿੰਘ ਨੂੰ ਚਿੱਠੀ ਜਾਰੀ ਕਰਕੇ ਕਿਹਾ ਕਿ ਮਾਨਸੂਨ ਸੀਜ਼ਨ 2019 ਦੌਰਾਨ ਭਾਰੀ ਹੜ੍ਹਾਂ ਕਾਰਨ ਹੋਏ ਨੁਕਸਾਨ ਸੰਬੰਧੀ ਤੁਹਾਡੇ ਵੱਲੋਂ ਤਿਆਰ ਰਜਿਸਟਰ ਇਹ ਰੋਲ ਤੇ ਰਜਿਸਟਰ ਅਸੈਸਮੈਂਟ ਅਜੇ ਤੱਕ ਕਾਨੂੰਗੋ ਦਫ਼ਤਰ ਫਰੋਜਪੁਰ ਤਹਿਸੀਲ 'ਚ ਜਮ੍ਹਾਂ ਨਹੀਂ ਕਰਵਾਏ ਗਏ ਇਹ ਹਰ ਹਾਲਤ ਵਿੱਚ 12 ਦਸੰਬਰ 2022 ਨੂੰ ਦੁਪਹਿਰੇ 12 ਵਜੇ ਤੋਂ ਪਹਿਲਾਂ-ਪਹਿਲਾਂ ਕਾਨੂੰਗਾ ਦੇ ਕਾਨੂੰਗੋ ਦੇ ਦਫ਼ਤਰ ਫਰੋਜਪੁਰ ਵਿਖੇ ਜਮ੍ਹਾਂ ਕਰਵਾਏ ਜਾਣ ਤਾਂ ਜੋ ਇਸ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਸਕੇ ਪੰਜਾਬ ਸਰਕਾਰ ਨੂੰ ਭੇਜੀ ਰਿਪੋਰਟ ਭੇਜੀ ਜਾ ਸਕੇ ਪਰ ਪੁਸ਼ਕਿਸ਼ ਦੇ ਨਤੀਜੇ ਵਜੋਂ ਨਿਕਲਿਆ ਕਿ ਇਹਨਾਂ ਸਾਰੇ ਪਟਵਾਰੀਆਂ ਨੇ ਜਵਾਬ ਦਿੱਤਾ ਕਿ ਉਹਨਾਂ ਕੋਲ ਜਿਹੜੀ ਵੰਡੀ ਗਈ ਮੁਆਵਜ਼ੇ ਦੀ ਰਾਸ਼ੀ ਰਕਮ ਸੰਬੰਧੀ ਕੋਈ ਰਿਕਾਰਡ ਹੀ ਨਹੀਂ ਹੈ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਬੈਂਕਾਂ ਦੇ ਜ਼ਰੀਏ ਮੁਆਵਜ਼ੇ ਦੀ ਰਾਸ਼ੀ ਜਾਂਦੀ ਹੈ ਤਾਂ ਰਿਕਾਰਡ ਕਿਵੇਂ ਨਹੀਂ ਹੋ ਸਕਦਾ ਉਹਨਾਂ ਸੰਬੰਧਤ ਬੈਂਕਾਂ ਤੋਂ ਵੀ ਰਿਕਾਰਡ ਆ ਜਿਹੜਾ ਮੰਗਿਆ ਜਾ ਸਕਦਾ ਹੁਣ 9 ਮਾਰਚ 2023 ਨੂੰ ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਦੇ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਤਮਾਨ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਭੇਜੇ ਗਏ 10 ਕਰੋੜ 28 ਲੱਖ 82 ਹਜ਼ਾਰ 600 ਰੁਪਏ ਕਿਸ ਨੂੰ ਭੇਜੇ ਗਏ ਇਸ ਦੀ ਜਾਂਚ ਜਲਦੀ ਤੋਂ ਜਲਦੀ ਮੁਕੰਮਲ ਕਰੋ ਔਰ ਜਿਹੜੇ ਜਿਹੜੇ ਇਸ ਦੇ ਵਿੱਚ ਮਿਲੀਭੁਗਤਾਂ ਜਿਨ੍ਹਾਂ ਦੀ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰੋ ਹੁਣ ਸਬੰਧਤ ਪਟਵਾਰੀ ਨੇ ਜਾਂ ਕੋਈ ਹੋਰ ਅਧਿਕਾਰੀ ਹੈ ਉਹਨਾਂ ਦੇ ਉੱਤੇ ਕਦੋਂ ਤਲਵਾਰ ਡਿੱਗਦੀ ਹੈ ਔਰ ਜਿਨ੍ਹਾਂ ਨੇ ਇਸ ਮਸਲੇ ਨੂੰ ਲਟਕਾਈ ਰੱਖਿਆ ਜਾਂਚ ਮੁਕੰਮਲ ਛੇਤੀ ਨਹੀਂ ਕੀਤੀ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਸਖਤ ਹੁਕਮ ਪੰਜਾਬ ਸਰਕਾਰ ਨੇ ਦੇ ਦਿੱਤੇ ਗਏ ਨੇ ਔਰ ਸਭ ਤੋਂ ਵੱਡੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਕਤ ਜਿਨ੍ਹਾਂ ਦੇ ਉੱਤੇ ਉਂਗਲ ਉਠੀ ਜਿਹੜੇ ਸਿਆਸਤਦਾਨ ਪੰਜਾਬ ਸਰਕਾਰ ਦਾ ਹਿੱਸਾ ਰਹੇ 2019 ਦੇ ਵਿੱਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇਸ ਮਸਲੇ ਦੇ ਉੱਤੇ ਚੁੱਪੀ ਨਹੀਂ ਤੋੜ ਰਹੇ ਇਸ ਦੀ ਵਜ੍ਹਾ ਪਤਾ ਨਹੀਂ ਕੀ ਹੈ ਜਵਾਬ ਕਿਉਂ ਨਹੀਂ ਦੇਣਾ ਚਾਹੁੰਦੇ ਅਸੀਂ ਵੀ ਕੋਸ਼ਿਸ਼ ਕੀਤੀ ਵਾਰ-ਵਾਰ ਫੋਨ ਕਰਕੇ ਔਰ ਲਿਖਤੀ ਰੂਪ ਵਿੱਚ ਵੀ ਸਵਾਲ ਭੇਜਿਆ ਪਰ ਉਹਨਾਂ ਨੇ ਇਸ ਦੇ ਉੱਤੇ ਕੋਈ ਵੀ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਜਵਾਬ ਕਦੋਂ ਦੇਣਗੇ ਕਿੱਥੇ ਦੇਣਗੇ ਇਸ ਬਾਰੇ ਤਾਂ ਹੁਣ ਜਾਂ ਤਾਂ ਜਾਂਚ ਅਧਿਕਾਰੀ ਪੁੱਛ ਸਕਦੇ ਨੇ ਜਾਂ ਪੰਜਾਬ ਸਰਕਾਰ ਸ਼ਕਤੀ ਦੇ ਨਾਲ ਜਾਂਚ ਦਾ ਜਿਹੜਾ ਜਵਾਬ ਹੈ ਉਹ ਲੈ ਸਕਦੀ ਹੈ ਅਸੀਂ ਕੋਸ਼ਿਸ਼ ਕੀਤੀ ਪਰ ਉੱਥੋਂ ਕੋਈ ਜਵਾਬ ਨਹੀਂ ਆਇਆ ਹੁਣ ਗਰੀਬ ਕਿਸਾਨਾਂ ਦਾ ਕੀ ਕਸੂਰ ਹੈ ਇੱਕ ਤਾਂ ਕੁਦਰਤੀ ਆਫਤ ਨੇ ਘੇਰਿਆ ਔਰ ਉਸ ਤੋਂ ਮੁਆਵਜ਼ੇ ਦੀ ਰਾਸ਼ੀ ਕੋਈ ਹੋਰ ਹੜੱਪ ਜਾਵੇ ਇਹ ਇਨਸਾਫ ਨਹੀਂ ਹੈ ਤਾਂ ਉਹ ਜਿਹੜੇ ਪੀੜਤ ਕਿਸਾਨ ਨੇ 37 ਪਿੰਡਾਂ ਦੇ ਲੋਕ ਨੇ ਉਹ ਕੁਰਲਾ ਰਹੇ ਨੇ ਔਰ ਪੁੱਛਣਾ ਚਾਹੁੰਦੇ ਨੇ ਕਿ ਉਹ ਮੁਆਵਜ਼ੇ ਦੀ ਰਾਸ਼ੀ ਆਖਰਕਾਰ ਗਈ ਤਾਂ ਗਈ ਕਿੱਥੇ ਹੁਣ ਦੇਖਦੇ ਹਾਂ ਕਿ ਜਾਂਚ ਕਦੋਂ ਮੁਕੰਮਲ ਹੁੰਦੀ ਹੈ ਔਰ ਇਸ ਦੇ ਵਿੱਚ ਕੌਣ-ਕੌਣ ਲਿਪਤ ਹੈ ਕਿ ਵਾਕਈ ਜਿੰਨਾ ਜਿੰਨਾ ਤੇ ਉਂਗਲ ਉਠੀ ਆ ਉਹ ਕਸੂਰਵਾਰ ਨੇ ਜਾਂ ਕਸੂਰਵਾਰ ਕੋਈ ਹੋਰ ਹੈ ਦੇਖਦੇ ਹਾਂ ਇਸ ਜਾਂਚ ਮੁਕੰਮਲ ਹੋਣ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ਜਦੋਂ ਵੀ ਕੁਝ ਸਾਹਮਣੇ ਆਏਗਾ ਅਸੀਂ ਕੋਸ਼ਿਸ਼ ਕਰਾਂਗੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ ਮੈਨੂੰ ਦੁਆਗਿਆ ਧੰਨਵਾਦ